असलाकुम अज बुधे अगस्त की बारह जिलहज की इक्की सावन की अठाई तारीख ए रेडियो पाकिस्तान ने समरा यूसुफ तो खबर सुनो पहला खास खास खबर का खुलासा वजीरजम कल पिशावर बस रैपिड ट्रांजिट सर्विस का इफ्त करे ਇਤਲਾਮਾ ਦੇ ਵਜ਼ੀਰ ਨੇ ਕਿਹਾ ਹੈ ਕਿ ਮੁਸਲਿਮ ਲੀਗ ਨੂਨ ਨੈਬ ਦੇ ਦਫ਼ਤਰ ਦੇ ਬਾਹਰ ਇਤਜਾਜੀ ਡਰਾਮਾ ਕਰਕੇ ਆਪਣੇ ਲੀਡਰਾਂ ਦੀ ਬਦਉਨਵਾਨੀ ਉੱਤੇ ਪਰਦਾ ਪਾਣਾ ਚਾਹੁੰਦੀ ਹੈ। ਖਾਰਜਾ ਸੈਕਟਰੀ ਨੇ ਇੱਕ ਵਾਰੀ ਫੇਰ ਅਮਨ ਲਈ ਅਫਗਾਨਿਸਤਾਨ ਵਿੱਚ ਮੁਫਾਹਮਤੀ ਅਮਲ ਬਾਰੇ ਪਾਕਿਸਤਾਨੀ ਹਮਾਇਤ ਤੇ ਇਰਾਦੇ ਨੂੰ ਦੁਹਰਾਇਆ ਹੈ। ਪੰਜਾਬ ਦੀ ਹਕੂਮਤ ਕੋਰੋਨਾ ਦੀ ਵਜ੍ਹਾ ਤੋਂ ਮੁਤਾਸਰਾ ਕਾਮਕਾਰ ਚਾਲੂ ਕਰਨ ਲਈ ਆਸਾਨ ਸ਼ਰਤਾਂ ਉੱਤੇ ਕਰਜ਼ੇ ਦੇਣ ਦਾ ਇੱਕ ਬੜਾ ਵੱਡਾ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਵਜ਼ੀਰ ਆਜ਼ਮ ਇਮਰਾਨ ਖਾਨ ਪਿਸ਼ਾਵਰ バス ਰੈਪਿਡ ਟ੍ਰਾਂਜ਼ਿਟ ਦਾ ਕੱਲ ਇਫਤਤਾਹ ਕਰਨਗੇ। ਖੈਬਰ ਪਖਤੂਨਖਵਾਦ ਦੇ ਵਜ਼ੀਰ-ਏ-ਆਲਾ ਮਹਿਮੂਦ ਖਾਨ ਨੇ ਸੀਨੀਅਰ ਸਾਹਫੀਆਂ ਨਾਲ ਇਸ ਵੱਡੇ ਮਨਸੂਬੇ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਬੀਆਰਟੀ ਪਿਸ਼ਾਵਰ ਦੇ ਜ਼ਰੀਏ ਲੋਕਾਂ ਨੂੰ ਸਫ਼ਰ ਦੀਆਂ ਬਿਹਤਰੀਨ ਸਹੂਲਤਾਂ ਮਿਲਣਗੀਆਂ ਤੇ ਕਿਰਾਏ ਦੀ ਬੜੀ ਬੱਡੀ ਮੁਨਾਸਬ ਹੋਏਗਾ। ਬੀਆਰਟੀ ਪਿਸ਼ਾਵਰ ਦਾ ਮਰਕਜ਼ੀ ਰੂਟ 27.5 ਕਿਲੋਮੀਟਰ ਹੈ ਤੇ ਇਹਦੇ ਵਿੱਚ 31 ਸਟੇਸ਼ਨ ਨੇ ਜਦਕਿ ਇਹਦੇ ਸਾਰੇ ਰੂਟਾਂ ਦੀ ਲੰਬਾਈ 62 ਕਿਲੋਮੀਟਰ ਤੇ ਇਹਦੇ ਵਿੱਚ 147 ਸਟੇਸ਼ਨ ਬਣਾਏ ਗਏ ਨੇ। ਵਜ਼ੀراعظم ਇਮਰਾਨ ਖਾਨ ਤੇ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਦੇ ਸ਼ਰੀਕ ਚੇਅਰਮੈਨ ਬਿਲ ਗੇਟਸ ਨਾਲ ਟੈਲੀਫੋਨਿਕ ਰਾਬਤਾ ਹੋਇਆ ਹੈ। ਉਨਾ ਕਰੋਨਾ وبਾਦ ਦੀ ਸੁਰਤਿ ਹਾਲ ਤੇ ਪਾਕਿਸਤਾਨ ਵਿੱਚ ਪੋਲੀਓ ਮੁਕਾਣ ਲਈ ਕਤਰੀ ਪਲਾਨ ਦੀ ਮੁਹਿੰਮ ਦੁਬਾਰਾ ਸ਼ੁਰੂ ਹੋਣ ਬਾਰੇ ਗੱਲਬਾਤ ਕੀਤੀ। ਵਜ਼ੀਰ ਆਜ਼ਮ ਇਮਰਾਨ ਖਾਨ ਨੇ ਬਿਲ ਗੇਟਸ ਨੂੰ ਪਾਕਿਸਤਾਨ ਵਿੱਚ ਕਰੋਨਾ ਦੇ ਨਵੇਂ ਮਰੀਜ਼ਾਂ ਤੇ ਮਰਨ ਵਾਲਿਆਂ ਦੀ ਤਾਦਾਦ ਵਿੱਚ ਹੋਈ ਕਮੀ ਬਾਰੇ ਦੱਸਿਆ। ਵਜ਼ੀਰ ਆਜ਼ਮ ਨੇ ਕਿਹਾ ਕਿ ਮੁਲਕ ਵਿੱਚ ਸਮਾਰਟ ਲਾਕਡਾਊਨ ਦੀ ਪਾਲਿਸੀ ਬੜੀ ਮੌਸਰ ਸਾਬਤ ਹੋਈਏ। ਵਜ਼ੀਰ ਆਜ਼ਮ ਨੇ ਕਰੋਨਾ ਨਾਲ ਨਿਭੜਨ ਲਈ ਗੇਜ਼ ਗੇਟਸ ਫਾਊਂਡੇਸ਼ਨ ਦੀ ਮਦਦ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਪੋਲੀਓ ਦੇ ਖਾਤਮੇ ਲਈ ਕਮ ਇਨਫਰਾਸਟ੍ਰਕਚਰ ਦੇ ਨਾਲ ਕਰੋਨਾ ਮੁਕਾਨ ਵਿੱਚ ਮਦਦ ਮਿਲੀਏ ਬਿਲ ਗੇਟਸ ਨੇ ਪਾਕਿਸਤਾਨ ਵਿੱਚ وبਾਰ ਨਾਲ ਨਿਭੜਨ ਦੇ ਨਾਲ-ਨਾਲ ਗਰੀਬ ਲੋਕਾਂ ਦੀਆਂ ਜ਼ਿੰਦਗੀਆਂ ਤੇ ਰੋਜ਼ਗਾਰ ਬਚਾਉਣ ਉੱਤੇ ਹਕੂਮਤ ਦੀ ਤਾਰੀਫ਼ ਕੀਤੀ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਬਿਲ ਗੇਟਸ ਦੇ ਤਾਲਮੁਲ ਜਾਰੀ ਰੱਖਣ ਉੱਤੇ ਇਤਫਾਕ ਕੀਤਾ اطلاعات نشیاد دی وفاقی وزیر شبری فراز نے کیا ہے کہ مسلم لیگ نون نے سوچے سمجھے ارادے دے تحت لور وچ نائب دفتر دے باہر احتجاجی ڈرامہ کیتا جس دا مقصد پارٹی لیڈراں دی کرپشن چھپانا سی نجی ٹی وی چینل تے گلاں کردیاں ہا اوناں نے کہا کہ نون لیگ دا عدالتاں وچ پیش نہ ہون دا رواج اے تے اوناں دی حکومت وچ بڑے لوکاں دے خلاف کوئی قانونی کارروائی نہیں ہوندی سی ਜੀ ਬੀ ਫਰਾਜ਼ ਨੇ ਸਵਾਲ ਕੀਤਾ ਕਿ ਨੂਨ ਲੀਗ ਦੀ ਰਹਿਨੁਮਾ ਪਿਛਲੇ 4 ਸਾਲਾਂ ਵਿੱਚ ਬਣਾਈਆਂ ਗਈਆਂ ਜਾਇਦਾਦਾਂ ਬਾਰੇ ਜਵਾਬ ਦੇਣ ਤੇ ਕਿਉਂ ਕਪ ਦੇਣ ਤੋਂ ਕਿਉਂ ਘਬਰਾ ਰਹੇ ਨੇ ਵਫਾਕੀ ਵਜ਼ੀਰ ਨੇ ਕਿਹਾ ਕਿ ਲੀਗੀ ਰਹਿਨੁਮਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਿਲਾਫ ਮੁਕਦਮਿਆਂ ਵਿੱਚ ਪੇਸ਼ ਹੋਣ ਕਾਨੂੰਨ ਨੂੰ ਹੱਥ ਵਿੱਚ ਨਾ ਲੈਣ ਇੱਕ ਸਵਾਲ ਦਾ ਜਵਾਬ ਦਿੰਦਿਆਂ ਆ ਸ਼ਿਬਰੀ ਫਰਾਜ਼ ਨੇ ਕਿਹਾ ਕਿ ਮੁਸਲਿਮ ਲੀਗ ਨੂੰ ਤੇ ਤਰੀਕੇ ਇਨਸਾਫ ਦੇ ਰਹਨੁਮਾ ਇੱਕੋ ਜੇ ਨਹੀਂ ਹੋ ਸਕਦੇ ਕਿਉਂ ਜੇ ਪਿਛਲੇ ਹੁਕਮਰਾਨ ਜਮਾਤ ਦੇ ਰਹਨੁਮਾਵਾਂ ਦੇ ਖਿਲਾਫ ਕਰਪਸ਼ਨ ਦੇ ਵੱਡੇ ਕੇਸ ਨੇ ਉਹਨਾਂ ਕਿਹਾ ਕਿ ਹਕੀਕਤ ਐਦਾ ਐਵੇਂ ਕਿ ਮਰੀਮ ਨਵਾਜ਼ ਜਾਇਦਾਦਾਂ ਬਣਾਉਣ ਦਾ ਜਵਾਬ ਦੇਣ ਦੇ ਬਜਾਏ ਬਾਹਰ ਜਾਣਾ ਚਾਹਨੀਆਂ ਨੇ ਤੇ ਇਸ ਲਈ ਗੈਰ ਕਾਨੂੰਨੀ ਤਰੀਕੇ ਇਸਤੇਮਾਲ ਕੀਤੇ ਜਾ ਰਹੇ ਨੇ ਸੈਕਟਰੀ ਖਾਰਜਾ ਸੁਹੇਲ ਮਹਿਮੂਦ ਨੇ ਸਿਆਸੀ ਮਾਮਲਿਆਂ ਬਾਰੇ ਅਮਰੀਕਾ ਦੇ ਨਾਈਬ ਵਜ਼ੀਰ ਖਾਰਜਾ ਡੇਵਿਡ ਹੇਲ ਨਾਲ ਵੀਡੀਓ ਲਿੰਕ ਦੇ ਜ਼ਰੀਏ ਸਲਾਮ ਮਸ਼ਵਰਾ ਕੀਤਾ ਹੈ। ਉਨ੍ਹਾਂ ਪਾਕਿਸਤਾਨ ਤੇ ਅਮਰੀਕਾ ਦੇ ਤਾਲੁਕਾਤ ਮੌਜੂਦਾ ਸੂਰਤ ਹਾਲ ਤੇ ਮستਕਬਲ ਦੀ سمت ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਤੇ ਸੁਹੇਲ ਮਹਿਮੂਦ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਤਾਲੁਕਾਤ ਨੂੰ ਬੜੀ ਅਹਿਮੀਅਤ ਦਿੰਦਾ ਹੈ ਤੇ ਅਮਰੀਕਾ ਨਾਲ ਆਰਥਿਕੀ ਸ਼ਰਾਕਰਤ ਦਾ ਵੀ ਤੇ ਲੋਕਾਂ ਵਿਚਕਾਰ ਰابطੇ ਵਧਾਉਣਾ ਚਾਹੁੰਦਾ ਹੈ। ਕਿਤੇ ਦੇ ਹਵਾਲੇ ਨਾਲ ਉਹਨਾਂ ਅਫਗਾਨਿਸਤਾਨ ਵਿੱਚ ਅਮਨ ਤੇ ਮੁਫਾਹਮਤ ਦੇ ਅਮਲ ਬਾਰੇ ਵੀ ਗੱਲਬਾਤ ਕੀਤੀ ਸੈਕਟਰੀ ਖਾਰਜਾਨੇ ਫਿਰ ਕਹਿਆ ਕਿ ਪਾਕਿਸਤਾਨ ਅਫਗਾਨਿਸਤਾਨ ਵਿੱਚ ਅਮਨ ਗੱਲਬਾਤ ਦੀ ਹਮਾਇਤ ਕਰਦਾ ਹੈ ਉਹਨਾਂ ਜਨੂਬੀ ਏਸ਼ੀਆ ਵਿੱਚ ਅਮਨ ਤੇ ਸਲਾਮਤੀ ਬਾਰੇ ਵੀ ਗੱਲਬਾਤ ਕੀਤੀ ਖਾਰਜਾ ਸੈਕਟਰੀ ਨੇ ਭਾਰਤ ਵੱਲੋਂ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕੀਤੇ ਜੰਮੂ ਕਸ਼ਮੀਰ ਦੀ ਹਿਦਿਅਤ ਬਦਲਣ ਤੇ ਇਨਸਾਨੀ ਹਕੂਕ ਦੀਆਂ ਸੰਗੀਨ ਖਿਲਾਫ ਵਰਜ਼ੀਆਂ ਬਾਰੇ ਦੱਸਿਆ ਉਨਾ ਮਕਬੂਜ਼ਾ ਜੰਮੂ ਤੇ ਕਸ਼ਮੀਰ ਵਿੱਚ ਫੌਜੀ ਮੁਹਾਸਰੇ ਤੇ ਕੰਟਰੋਲ ਲਾਈਨ ਉੱਤੇ ਪਾਕਿਸਤਾਨੀ ਚੌਕੀਆਂ ਉੱਤੇ ਭਾਰਤੀ ਹਮਲਿਆਂ ਨਾਲ ਅਮਨ ਤੇ ਸਲਾਮਤੀ ਦੇ ਖਤਰੇ ਵਿੱਚ ਪੈ ਗਈ ਹੈ। ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ। ਪਾਕਿਸਤਾਨ ਨੇ ਫਿਰ ਕਿਹਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਅਮਨ ਤੇ ਮੁਫਾਹਮਤ ਦੀ ਹਮਾਇਤ ਜਾਰੀ ਰੱਖੇਗਾ। ਇਹ ਗੱਲ ਖਾਰਜਾ ਸੈਕਟਰੀ ਸੁਹੇਲ ਮਹਿਮੂਦ ਨੇ ਅਫਗਾਨਿਸਤਾਨ ਦੇ ਸੁਬਕਦੋਸ਼ ਹੋਣ ਵਾਲੇ ਸਫੀਰ ਆਤੀਫ ਮਿਸ਼ਾਲ ਨਾਲ ਇਸਲਾਮਾਬਾਦ ਵਿੱਚ ਗੱਲਾਂ ਕਰਦਿਆਂ ਹੋਇਆ ਕਹੀ। ਖਾਰਜਾ ਸੈਕਟਰੀ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਤਾਲਮੇਲ ਵਿਵਧਾਨ ਦਾ ਤਿਆਰ ਕੀਤਾ ਹੋਇਆ ਹੈ ਉਧਰ ਇੱਕ ਟਵੀਟ ਵਿੱਚ ਅਫਗਾਨਿਸਤਾਨ ਦੇ ਸفیر ਨੇ ਕਿਹਾ ਕਿ ਉਹਨਾਂ ਖਾਰਜਾ ਸੈਕਟਰੀ ਸੁਹੇਲ ਮਹਿਮੂਦ ਨਾਲ الودਾਈ ਮੁਲਾਕਾਤ ਕੀਤੀ ਹੈ ਤੇ ਅਫਗਾਨਿਸਤਾਨ ਦੀ ਭਰਪੂਰ ਹਮਾਇਤ ਕਰਨ ਤੇ ਸਫਾਰੀਤੀ ਮਿਸ਼ਨ ਨਾਲ ਤਾਲਮੇਲ ਉੱਤੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿੱਚ ਅਮਨ ਅਮਲ ਗਲਬਾਦ ਦੇ ਅਮਲ ਉੱਤੇ ਦੋ ਤਰਫਾ ਤਾਲੁਕਾਤ ਹੋਰ ਵਧਾਣ ਲਈ ਦੋਵਾਂ ਮੁਲਕਾਂ ਨੂੰ ਤਾਲਮੇਲ ਵਧਾਣਾ ਚਾਹੀਦਾ ਹੈ ਪੰਜਾਬ ਦੇ ਵਜ਼ੀਰੀਆਲਾ ਸਰਦਾਰ ਉਸਮਾਨ ਬੁਜ਼ਦਾਰ ਨੇ ਨੈਬ ਦਫਤਰ ਦੇ ਬਾਹਰ ਗੁੰਡਾਗਰਦੀ ਤੇ ਤੋੜ-ਫੋੜ ਦੇ ਵਾਕਿਆਂ ਬਾਰੇ ਚੀਫ ਸਕੱਤਰ ਤੇ ਆਈਜੀ ਤੋਂ ਰਿਪੋਰਟ ਮੰਗ ਲਈਏ। ਉਹਨਾਂ ਵਾਕੇ ਵਿੱਚ ਮਲਵਿਸ ਬੰਦੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵੀ ਹੁਕਮ ਦਿੱਤਾ ਤੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਕਾਨੂੰਨ ਉੱਤੇ ਅਮਲ ਯਕੀਨੀ ਬਨਾਇਆ ਜਾਏ। ਉਹਨਾਂ ਕਿਹਾ ਕਿ ਇਤਜਾਜ ਦੇ ਨਾਂ ਉੱਤੇ ਤੋੜ-ਫੋੜ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਪੰਜਾਬ ਵਿਜੀਤ ਸਨਤਾਂ ਤੇ ਤਜਾਰਤ ਦੇ ਵਜ਼ੀਰ ਮੀਆਂ ਅਸਮ ਇਕਬਾਲ ਨੇ ਕਿਹਾ ਕਿ ਹਕੂਮਤ ਕੋਰੋਨਾ ਦੀ ਵਜ੍ਹਾ ਤੋਂ متاثر ਕਾਮਕਾਰ ਫੇਰ ਤੋਂ ਚਾਲੂ ਕਰਨ ਲਈ ਆਸਾਨ ਸ਼ਰਤਾਂ ਉੱਤੇ ਕਰਜ਼ੇ ਦੇਣ ਦਾ ਇੱਕ ਬੜਾ ਵੱਡਾ ਪ੍ਰੋਗਰਾਮ ਲਿਆ ਰਹੀ ਹੈ। ਪੰਜਾਬ ਰੋਜ਼ਗਾਰ ਸਕੀਮ ਬਾਰੇ ਇੱਕ اجلاس ਦੀ ਸਦਾਰਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਉੱਤੇ ਪੰਜਾਬ ਬੈਂਕ ਨਾਲ ਰਲ ਕੇ ਅਮਲ ਕੀਤਾ ਜਾਏਗਾ ਤੇ ਮੌਜੂਦਾ مالی ਸਾਲ ਵਿੱਚ ਕਰਜ਼ੇ ਦੇਣ ਲਈ 9 ਅਰਬ ਰੁਪਏ ਰੱਖੇ ਗਏ ਨੇ। ਉਨ੍ਹਾਂ ਕਿਹਾ ਕਿ ਕਰਜ਼ੇ ਦੇਣ ਲਈ ਇੱਕ ਸ਼فاف ਤਰੀਕੇ ਉੱਤੇ ਅਮਲ ਕੀਤਾ ਜਾਏਗਾ। ਪੰਜਾਬ ਵਿੱਚ ਮਾਹੌਲ ਦੀ ਹਿਫਾਜ਼ਤ ਦੇ ਸ਼ੋਬੇ ਦੇ ਵਜ਼ੀਰ ਮੁਹੰਮਦ ਰਿਜ਼ਵਾਨ ਨੇ ਮਹਿਕਮੇ ਨੂੰ ਹਿਦਾਇਤ ਕੀਤੀ ਹੈ ਕਿ ਅਦਾਲਤੀ ਹੁਕਮ ਦੇ ਮੁਤਾਬਕ ਸ਼ਾਪਰ ਬੈਗਾਂ ਦੇ ਉੱਤੇ ਸਮਾਲ ਉੱਤੇ ਪਾਬੰਦੀ ਕਰਵਾਈ ਜਾਏ ਐਸਐਸਸੀ ਵਿੱਚ ਮਹਿਕਮੇ ਦੇ ਡੀਜੀ ਨੇ ਈਦਾਰੀਆਂ ਦੀਆਂ ਸਾਰੀਆਂ ਟੀਮਾਂ ਨੂੰ ਅਦਾਲਤੀ ਹੁਕਮ ਉੱਤੇ ਅਮਲ ਦਰਾਂਤ ਕਰਨ ਲਈ ਕਿਹਾ ਹੈ ਪਾਕ ਬਹਿਰੀਆਂ ਦੀਆਂ ਇਮਦਾਦੀ ਟੀਮਾਂ ਸਿਵਲ ਇੰਤਜ਼ਾਮੀਆਂ ਨਾਲ ਰਲ ਕੇ ਦਾਦੂ ਦੇ بارشਾਂ ਤੋਂ ਮਤਾਸਰ ਇਲਾਕਿਆਂ ਵਿੱਚ ਇਮਦਾਦੀ ਕੰਮ ਕਰ ਰਹੀਆਂ ਨੇ ਇਲਾਕੇ ਵਿੱਚ ਤੂਫਾਨੀ بارشਾਂ ਤੇ ਨਈ ਗੱਜ ਡੈਮ ਵਿੱਚ ਸ਼ਫਾਸ਼ਗਾਫ ਨਾਲ ਕਈ ਪਿੰਡਾਂ ਵਿੱਚ ਸਲਾਬੀ ਪਾਣੀ ਆਇਆ ਹੈ ਫੇਸਬੁੱਕ ਪੇਜ ਰੇਡੀਓ ਪਾਕਿਸਤਾਨ ਪੰਜਾਬੀ ਉੱਤੇ ਇਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਤੱਥ ਸੁਣਨ ਲਈ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ